ਆ ਜਾਓ ਜਾਣਕਾਰੀ ਲੈਂਦੇ ਹਾਂ ਆਪਾਂ ਵੀ ਇਹ ਕੀ ਸੇਵਾਵਾਂ ਦੇ ਰਹੇ ਨੇ ਫ੍ਰੀ ਦੇ ਵਿੱਚ। ਜਿਹੜਾ ਵੀਰ ਮੈਸੇਜ ਕਰੂ ਵਟਸਐਪ 'ਤੇ ਮੈਸੇਜ ਕਰਕੇ ਤੁਸੀਂ ਟਾਈਮ ਲੈ ਲਓ ਵੀ ਅਸੀਂ ਮੰਡੀ ਜਾ ਰਹੇ ਹਾਂ ਜੀ, ਅਸੀਂ ਫਾਰਮ ਅਪਲਾਈ ਕਰਾਉਣੇ ਨੇ, ਕਿਵੇਂ ਪੰਜਾਬ ਸਰਕਾਰ ਸਕੀਮ ਦਿਓ ਸਾਰੀ ਜਾਣਕਾਰੀ ਲਓ, ਤੁਸੀਂ ਫਾਰਮ ਭਰਵਾ ਲਓ। ਅਪਲਾਈ ਵੀ ਹੋ ਜਾਣਗੇ ਜੀ? ਅਪਲਾਈ ਵੀ ਕਰ ਦਿਓ। ਠੀਕ ਹੈ ਜੀ, ਕੁੱਲ ਮਿਲਾ ਕੇ ਵੀ ਤੁਹਾਡਾ ਹੱਲ ਹੋ ਜੂਗਾ ਇੱਥੇ ਜੇ ਕਨੈਕਸ਼ਨ ਲੈਣਾ ਚਾਹੁੰਦੇ ਹੋ, ਕਿਉਂਕਿ ਕਨੈਕਸ਼ਨਾਂ ਦੀ ਬਹੁਤ ਵੱਡੀ ਕਿੱਲਤ ਕਿਸਾਨਾਂ ਨੂੰ ਆ ਰਹੀ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਲੌਂਗੋਵਾਲੀਆ ਗੋਬਿੰਦ ਸਿੰਘ ਪੇਜ 'ਤੇ। ਪੰਜਾਬ ਸੋਲਰ ਸਿਟੀ ਵਾਲੇ ਕਹਿੰਦੇ ਵੀ ਖੇਤਾਂ ਦੇ ਜਿਹੜੇ ਸੋਲਰ ਕਨੈਕਸ਼ਨ ਨੇ ਫ੍ਰੀ ਸੇਵਾ ਕਰਾਂਗੇ। ਤੁਸੀਂ ਜਿਹੜੀ ਪੰਜਾਬ ਸਰਕਾਰ ਨੇ ਇੱਕ ਅਨਾਊਂਸਮੈਂਟ ਕੀਤੀ ਆ, ਪੂਰੀ ਜਾਣਕਾਰੀ ਦੇਵਾਂ ਵੀ ਪੰਜਾਬ ਸੋਲਰ ਸਿਟੀ ਲੌਂਗੋਵਾਲ ਅਨਾਜ ਮੰਡੀ ਦੇ ਵਿੱਚ ਖੜ੍ਹੇ ਹਾਂ। ਇਹ ਕਹਿੰਦੇ ਵੀ ਜਿਹੜੀ ਪੰਜਾਬ ਸਰਕਾਰ ਨੇ ਇੱਕ ਨਵੀਂ ਸਕੀਮ ਲਿਆਂਦੀ ਆ ਜਿਹਦੇ ਤਹਿਤ 80% ਤੱਕ, ਕਹਿਣ ਤੋਂ ਭਾਵ ਜੇ 1,00,000 ਰੁਪਈਆ ਲੱਗਦਾ ਤਾਂ 20,000 ਰੁਪਈਆ ਕਿਸਾਨ ਦੇਊਗਾ ਅਤੇ 80,000 ਸਰਕਾਰ ਦੇਊਗੀ ਸੋਲਰ ਕਨੈਕਸ਼ਨ ਖੇਤ ਦੇ ਵਿੱਚ ਲਾਉਣ ਸੰਬੰਧੀ। ਉਸ ਸੰਬੰਧੀ ਪੰਜਾਬ ਸੋਲਰ ਵਾਲੇ ਕਹਿੰਦੇ ਵੀ ਅਸੀਂ ਦੇਵਾਂਗੇ ਫ੍ਰੀ ਸਰਵਿਸ। ਗੱਲਬਾਤ ਕਰਦੇ ਹਾਂ, ਆ ਜਾਓ ਜਾਣਕਾਰੀ ਲੈਂਦੇ ਹਾਂ ਆਪਾਂ ਵੀ ਇਹ ਕੀ ਸੇਵਾਵਾਂ ਦੇ ਰਹੇ ਨੇ ਫ੍ਰੀ ਦੇ ਵਿੱਚ। ਆਪਣੇ ਨਾਲ ਮੌਜੂਦ ਨੇ ਕਮਲਜੀਤ ਸਿੰਘ ਵਿੱਕੀ ਜੀ, ਸਵਾਗਤ ਹੈ ਜੀ। ਸਵਾਗਤ ਹੈ ਜੀ। ਹੋਰ ਠੀਕ ਠਾਕ ਹੋ ਜੀ? ਸਿਹਤਾਂ ਠੀਕ ਨੇ ਜੀ? ਅੱਛਾ ਜੀ, ਫ੍ਰੀ ਸੇਵਾ ਦੇਣੀ ਸ਼ੁਰੂ ਕਰਤੀ ਹੈ ਜੀ। ਇਹਦੇ ਵਿੱਚ ਕੀ ਹੈ ਵੀ ਸਾਡੇ ਵੱਲੋਂ ਜਿਹੜੇ ਪੰਜਾਬ ਸਰਕਾਰ ਵੱਲੋਂ 20,000 ਸੋਲਰ ਪੰਪਾਂ ਦੇ ਜਿਹੜੇ ਕਨੈਕਸ਼ਨ ਨੇ ਸਬਸਿਡੀ 'ਤੇ ਕੱਢੇ ਗਏ ਨੇ। ਹਾਂਜੀ, ਕਿਉਂਕਿ ਪੰਜਾਬ ਦੇ ਵਿੱਚ ਬਿਜਲੀ ਬੋਰਡ ਵੱਲੋਂ ਕਨੈਕਸ਼ਨ ਬਹੁਤ ਲੰਬੇ ਸਮੇਂ ਤੋਂ ਬੰਦ ਨੇ ਜੀ, ਅਤੇ ਜਿਹੜੇ ਉਹ ਸੋਲਰ ਪੰਪ ਕੱਢੇ ਗਏ ਨੇ ਸਬਸਿਡੀ 'ਤੇ, ਉਹਦੇ ਵਿੱਚ 60% ਸਬਸਿਡੀ ਜਨਰਲ ਕੈਟਾਗਰੀ ਲਈ ਹੈ, 80% ਸ਼ਡਿਊਲ ਕਾਸਟ ਲਈ ਹੈ। ਠੀਕ ਹੈ ਜੀ। ਉਹ ਅਪਲਾਈ ਕਰਨ ਦੀ ਵਿਧੀ ਅਤੇ ਉਹਦੇ ਫਾਰਮ ਅਸੀਂ ਬਿਲਕੁਲ ਫ੍ਰੀ ਸੇਵਾ ਕਰਦੇ ਹਾਂ। ਠੀਕ ਹੈ। ਸਾਡੇ ਕੋਲ 9 ਤੋਂ 5 ਵਜੇ ਤੱਕ ਕੋਈ ਵੀ ਆ ਕੇ ਉਹਦੇ ਫਾਰਮ ਲੈ ਸਕਦਾ ਜੀ, ਅਤੇ ਉਹਦੀ ਅਸੀਂ ਜਾਣਕਾਰੀ ਦੇ ਦਾਂਗੇ। ਠੀਕ ਹੈ। ਅਤੇ ਇਹਦੇ ਲਈ ਸਾਨੂੰ ਕਿਰਪਾ ਕਰਕੇ ਫੋਨ ਤੋਂ ਪਰਹੇਜ਼ ਕਰਿਆ ਜਾਵੇ। ਠੀਕ ਹੈ। ਕਿਉਂਕਿ ਸਾਡਾ ਜਿਹੜਾ ਦਫ਼ਤਰ ਹੈ ਲੌਂਗੋਵਾਲ ਅਨਾਜ ਮੰਡੀ 'ਚ ਹੈ, ਅਤੇ ਉੱਥੇ ਆ ਕੇ ਸਾਡੇ 9 ਤੋਂ 5 ਕੋਈ ਵੀ ਆ ਸਕਦਾ, ਉਹਨੂੰ ਅਸੀਂ ਜਾਣਕਾਰੀ ਬਿਲਕੁਲ ਫ੍ਰੀ ਦੇਵਾਂਗੇ, ਉਹਨੂੰ ਅਪਲਾਈ ਵੀ ਕਰਾਉਣਾ। ਬਿਲਕੁਲ ਜੀ, ਜਿਹੜੀ ਗੱਲ ਇਹਨਾਂ ਨੇ ਫੋਨ ਵਾਲੀ ਕਹੀ ਆ ਉਹ ਮੈਂ ਤੁਹਾਨੂੰ ਦੱਸਦਾ ਜੀ। ਬਹੁਤੇ ਵੀਰਾਂ ਨੇ ਪਿਛਲੀ ਵੀਡੀਓ 'ਤੇ ਮੈਸੇਜ ਕਰੇ ਸੀ, ਇਹਨਾਂ ਦੇ 5 ਨੰਬਰ ਦਿੱਤੇ ਸੀਗੇ ਸਕਰੀਨ 'ਤੇ, ਉਹ 5 ਨੰਬਰਾਂ 'ਤੇ ਕਾਲਿੰਗ ਇੰਨੀ ਕਹੀ ਕਿ ਉਹ ਬਿਜ਼ੀ ਚੱਲਦੇ ਸੀ। ਕਈ ਵਾਰੀ ਬੰਦਾ ਹੁਣ ਰੋਟੀ ਪਾਣੀ ਵੀ ਖਾਂਦਾ ਹੁੰਦਾ, ਬਹੁਤੇ ਵੀਰਾਂ ਨੇ ਐਂ ਵੀ ਲਿਖਤਾ ਫੋਨ ਤਾਂ ਚੱਕਦੇ ਨਹੀਂ ਜੀ, ਐਡ ਕਰਨ ਦਾ ਕੀ ਫਾਇਦਾ ਬਾਈ। ਹਰ ਵਕਤ ਬੰਦਾ ਹੁਣ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਤੱਕ ਫੋਨ 'ਤੇ ਗੱਲ ਕਰਕੇ ਹੰਭ ਜਾਂਦਾ ਹੁੰਦਾ ਹੈਗਾ। ਤੁਸੀਂ 9 ਵਜੇ ਫੋਨ ਕਰਦੇ ਹੋ, ਫਿਰ ਬੰਦੇ ਨੇ ਕੋਈ ਹੋਰ ਕੰਮ ਵੀ ਘਰੇਲੂ ਕਰਨੇ ਹੁੰਦੇ ਨੇ, ਹੈ ਨਾ, ਇਸ ਕਰਕੇ ਦਿੱਕਤ ਆਉਂਦੀ ਆ। ਹੁਣ ਇਹ ਦੇ ਰਹੇ ਨੇ ਤੁਹਾਨੂੰ ਫ੍ਰੀ ਸੇਵਾ, ਫ੍ਰੀ ਸੇਵਾ ਦਾ ਜਿਹੜਾ ਬੈਨੀਫਿਟ ਆ, ਜਿਹੜਾ ਵੀਰ ਫੋਨ ਕਰਕੇ ਕਰੂਗਾ ਉਹਦੇ ਉਹਨੂੰ ਸ਼ਾਇਦ ਨਾ ਮਿਲੇ। ਜਿਹੜਾ ਵੀਰ ਮੈਸੇਜ ਕਰੂ ਵਟਸਐਪ 'ਤੇ ਮੈਸੇਜ ਕਰਕੇ ਤੁਸੀਂ ਟਾਈਮ ਲੈ ਲਓ ਵੀ ਅਸੀਂ ਮੰਡੀ ਜਾ ਰਹੇ ਹਾਂ ਜੀ, ਅਸੀਂ ਫਾਰਮ ਅਪਲਾਈ ਕਰਾਉਣੇ ਨੇ, ਕਿਵੇਂ ਪੰਜਾਬ ਸਰਕਾਰ ਸਕੀਮ ਦਿਓ ਸਾਰੀ ਜਾਣਕਾਰੀ ਲਓ, ਤੁਸੀਂ ਫਾਰਮ ਭਰਵਾ ਲਓ। ਅਪਲਾਈ ਵੀ ਹੋ ਜਾਣਗੇ ਜੀ? ਅਪਲਾਈ ਵੀ ਕਰ ਦਿਓ। ਠੀਕ ਹੈ ਜੀ, ਕੁੱਲ ਮਿਲਾ ਕੇ ਵੀ ਤੁਹਾਡਾ ਹੱਲ ਹੋ ਜੂਗਾ ਇੱਥੇ ਜੇ ਕਨੈਕਸ਼ਨ ਲੈਣਾ ਚਾਹੁੰਦੇ ਹੋ, ਕਿਉਂਕਿ ਕਨੈਕਸ਼ਨਾਂ ਦੀ ਬਹੁਤ ਵੱਡੀ ਕਿੱਲਤ ਕਿਸਾਨਾਂ ਨੂੰ ਆ ਰਹੀ ਹੈ। ਕਿਸਾਨ ਭਾਵ ਜਿਹੜੇ ਖੇਤੀ ਕਰਦੇ ਨੇਗੇ, ਉਹਦੇ ਵਿੱਚ ਹਰ ਇੱਕ ਕਾਸਟ ਜਾਂ ਕੋਈ ਵੀ ਕਹਿ ਸਕਦੇ ਹਾਂ ਕਿ ਜਿਹੜੇ ਖੇਤੀ ਕਰਦੇ ਨੇ, ਉਹਨਾਂ ਨੂੰ ਕਿਸਾਨਾਂ ਨੂੰ ਕਿੱਲਤ ਆ ਰਹੀ ਹੈ ਨਾ ਜੀ ਕਨੈਕਸ਼ਨਾਂ ਦੀ। ਬਹੁਤ ਸਾਰੇ ਜਿਹੜੇ ਛੋਟੇ ਫਾਰਮਰ ਨੇ, ਹਾਂਜੀ, ਉਹਨਾਂ ਦੇ ਮਤਲਬ 2-2 ਏਕੜ ਜਾਂ 2.5-2.5 ਏਕੜ ਬਿਨਾਂ ਪਾਣੀ ਤੋਂ ਬੰਜੜੀ ਪਏ ਨੇ। ਬਿਲਕੁਲ ਬੰਜਰ। ਉਹਨਾਂ ਨੂੰ ਅਸੀਂ ਕਾਰਨ ਕਿ ਨਾ ਫੋਨ 'ਤੇ, ਇੱਕੋ ਗੱਲ ਹੈ ਵੀ ਫੋਨ 'ਤੇ ਲੰਬੀ ਗੱਲ ਦੇ ਵਿੱਚ ਆਪਾਂ ਉਹਨਾਂ ਨਹੀਂ ਸਮਝਾ ਪਾਉਂਦੇ ਜੀ। ਤੁਸੀਂ ਦਫ਼ਤਰ ਜਾ ਕੇ ਸਾਡਾ 1 ਘੰਟਾ ਲਓ 2 ਘੰਟੇ ਲਓ, ਤੁਹਾਨੂੰ ਜਿਹਦੇ ਵੀ ਫਾਰਮ ਨੇ ਪੂਰੀ ਗਾਈਡੈਂਸ ਦੱਸ ਦਾਂਗੇ ਵੀ ਇਸ ਤਰ੍ਹਾਂ ਲੱਗੂਗੀ। ਠੀਕ ਹੈ ਜੀ। ਮੰਨ ਲਓ ਆ ਜਾਓ, ਡਾਕੂਮੈਂਟ ਤੁਸੀਂ ਪੁੱਛ ਸਕਦੇ ਹੋ ਵਟਸਐਪ 'ਤੇ, ਤੁਸੀਂ ਮੈਸੇਜ ਕਰੋਗੇ ਇਹ ਤੁਹਾਨੂੰ ਸਾਰੇ ਡਾਕੂਮੈਂਟ ਮੈਸੇਜ ਕਰ ਦੇਣਗੇ ਵੀ ਕੀ ਲੈ ਕੇ ਆਉਣਾ ਤੁਸੀਂ ਨੇ, ਜਾਂ ਜੇ ਤੁਸੀਂ ਟਾਈਮ ਲੈਣਾ ਗਾ
ਵੱਧੋ ਵੱਧ ਫੋਨ ਕਾਲ ਕਰੋ ਜੇ ਤੁਸੀਂ ਟਾਈਮ ਲੈਣਾ ਗਾ। ਆਉਣਾ ਕਿੱਥੇ ਹੈ ਜੀ ਸਰ? ਲੌਂਗੋਵਾਲ ਦੀ ਅਨਾਜ ਮੰਡੀ ਦੇ ਵਿੱਚ, ਜ਼ਿਲ੍ਹਾ ਸੰਗਰੂਰ ਦੇ ਵਿੱਚ। ਲੌਂਗੋਵਾਲ ਏਸ਼ੀਆ ਦਾ ਸਭ ਤੋਂ ਵੱਡਾ ਪਿੰਡ ਹੈ, 52 ਸ਼ਹੀਦਾਂ ਦੀ ਧਰਤੀ ਹੈ। ਠੀਕ ਹੈ ਜੀ। ਅਨਾਜ ਮੰਡੀ ਦੇ ਵਿੱਚ ਸਾਡਾ ਦਫ਼ਤਰ ਹੈ ਪੰਜਾਬ ਸੋਲਰ ਸਿਟੀ ਦਾ, ICICI ਬੈਂਕ ਦੇ ਬਿਲਕੁਲ ਨਾਲ ਹੈ। ਸਵੇਰੇ 9 ਤੋਂ 5 ਵਜੇ ਤੱਕ ਕਦੋਂ ਮਰਜ਼ੀ ਆ ਜਾਓ, ਸਾਡਾ ਦਫ਼ਤਰ ਸੰਡੇ ਨੂੰ ਵੀ ਓਪਨ ਹੋਊਗਾ। ਬੱਸ ਸਰਵਿਸ ਜਿਹੜੀ ਚੱਲਦੀ ਹੈ ਜੀ, ਬਰਨਾਲੇ ਤੋਂ ਵੀ ਚੱਲਦੀ ਆ, ਸੰਗਰੂਰ ਤੋਂ ਵੀ ਚੱਲਦੀ ਆ, ਸੁਨਾਮ ਤੋਂ ਵੀ ਚੱਲਦੀ ਆ, 1-2 ਬੱਸਾਂ ਦਿਹਾੜੀ ਦੇ ਵਿੱਚ ਮਾਨਸਾ ਤੋਂ ਵੀ ਚੱਲਦੀਆਂ ਨੇ। ਸੋ ਜਿਹੜੇ ਪਾਸਿਓਂ ਵੀ ਆਉਣਾ ਤੁਹਾਨੂੰ ਬੱਸ ਰਾਹੀਂ ਵੀ ਆ ਸਕਦੇ ਹੋ, ਆਪਣੇ ਸਾਧਨ ਰਾਹੀਂ ਵੀ। ਵੱਡੀ ਗੱਲ ਜੇ ਬੱਸ 'ਤੇ ਆਉਂਗੇ ਸਿਰਫ 100-150 ਮੀਟਰ ਦੇ ਬਿਲਕੁਲ ਫਾਸਲੇ ਨਾਲ ਹੀ ਆ, ਤੁਰ ਕੇ ਆਉਣਾ ਪਊਗਾ ਤੁਹਾਨੂੰ, ਮੰਡੀ ਦੇ ਵਿੱਚ ਹੀ ਬੱਸ ਖੜ੍ਹਦੀ ਆ, ਉੱਥੇ ਇਹਨਾਂ ਦਾ ਦਫ਼ਤਰ ਆ। ਵੀਡੀਓ ਸ਼ੇਅਰ ਜ਼ਰੂਰ ਕਰ ਦਿਓ, ਇਹ ਵੀਡੀਓ ਨਾ ਬਹੁਤ ਵੀਰਾਂ ਦੇ ਕੰਮ ਆਉਣ ਵਾਲੀ ਆ, ਸਾਰੇ ਕਿਸਾਨ ਵੀਰਾਂ ਦੇ ਕੰਮ ਆਉਣ ਵਾਲੀ ਆ, ਅਤੇ ਇਹ ਕਰਦੇ ਨੇ ਫਰੀ ਦੇ ਵਿੱਚ ਸੇਵਾ। ਸੋ ਇਹਨਾਂ ਦਾ ਸਾਥ ਜ਼ਰੂਰ ਦਿਓ। ਸਕਰੀਨ ਦੇ ਨੰਬਰ ਦਿੱਤੇ ਹੋਏ ਨੇ, ਵਟਸਐਪ 'ਤੇ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਧੰਨਵਾਦ ਸਰ, ਇੰਨੀ ਵਧੀਆ ਸੇਵਾ ਦੀ ਜਿਹੜੀ ਮੈਂ ਮਤੋਰੀ ਆ ਉਹਦੇ ਲਈ, ਅਤੇ ਕੀਮਤੀ ਸਭਾ ਦੇ ਲਈ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।